ਸ਼੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਸਥਿਤ ਟੋਲ ਪਲਾਜ਼ਾ ਕੋਲ ਔਰਬਿਟ ਬੱਸ ਦੀ ਲਪੇਟ ਚ ਆਉਣ ਕਰਕੇ ਮੋਟਰਸਾਈਕਲ ਤੇ ਸਵਾਰ 4 ਵਿਅਕਤੀਆਂ ਦੀ ਮੌਤ ਹੋਈ ਹੈ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਮੁਕਤਸਰ ਕੋਟਕਪੂਰਾ ਰੋਡ ਤੇ ਜਾਮ ਲਗਾ ਦਿੱਤਾ। ਜਾਣਕਾਰੀ ਮੁਤਾਬਕ ਇੱਕ ਮੋਟਰਸਾਈਕਲ ਤੇ 4 ਵਿਅਕਤੀ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ। ਇਸੇ ਦੌਰਾਨ ਮੁਕਤਸਰ ਕੋਟਕਪੂਰਾ ਰੋਡ ਤੇ ਸਥਿਤ ਟੋਲ ਪਲਾਜ਼ਾ ਨੇੜੇ ਉਹ ਔਰਬਿਟ ਬੱਸ ਦੀ ਲਪੇਟ ਵਿੱਚ ਆ ਗਏ ਅਤੇ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੇ DSP ਤਲਵਿੰਦਰ ਸਿੰਘ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਡਾ ਤੇ ਇੱਥੇ ਤੁਸੀਂ ਕਿਸ ਨਜ਼ਰੀਏ ਨਾਲ ਪਹੁੰਚੇ ਹੋ? ਮੇਰਾ ਨਾਮ ਜੀ ਜਗਜੀਤ ਸਿੰਘ ਆ। ਮੈਂ ਜਥੇਬੰਦੀ ਨੌਜਵਾਨ ਭਾਰਤ ਸਭਾ ਜ਼ਿਲ੍ਹਾ ਕਮੇਟੀ ਮੈਂਬਰ ਹਾਂ ਜੀ। ਅਸੀਂ ਇੱਥੇ ਪਰਿਵਾਰ ਦੀ ਹਮਾਇਤ ਤੇ ਆਏ ਹੋਏ ਹਾਂ। ਜਿਹੜੀ ਘਟਨਾ ਵਾਪਰੀ ਆ ਪਿੰਡ ਵੜਿੰਗ ਵਿਖੇ, ਸਰ ਕੀ ਘਟਨਾ ਵਾਪਰੀ ਥੋੜ੍ਹਾ ਦੱਸੋ। ਘਟਨਾ ਕਿ ਇੱਕ ਪ੍ਰਾਈਵੇਟ ਬੱਸ ਹੈਗੀ ਹੈ ਜੀ, ਪ੍ਰਾਈਵੇਟ ਕੰਪਨੀ ਦੀ ਬੱਸ ਹੈਗੀ ਆ, ਉਹਨਾਂ ਦੁਆਰਾ 4 ਨੌਜਵਾਨਾਂ ਨੂੰ ਹਲਾਕ ਕੀਤਾ ਗਿਆ। 4 ਦੀ ਮੌਕੇ 'ਤੇ ਮੌਤ ਹੋ ਚੁੱਕੀ ਆ। ਪਰ ਪੁਲਿਸ ਇੱਥੋਂ ਲਾਸ਼ਾਂ ਚੱਕਣ ਆਈ ਹੋਈ ਸੀਗੀ, ਪਰ ਪਰਿਵਾਰ ਨੇ ਲਾਸ਼ਾਂ ਚੱਕ ਨਹੀਂ ਦਿੱਤੀਆਂ ਕਿਉਂਕਿ ਪਰਿਵਾਰ ਨੂੰ ਪੂਰਾ ਇਨਸਾਫ ਮਿਲੇ ਜੋ ਵੀ ਇਹਨਾਂ ਦੀ ਬਣਦੀ ਹੈ। ਪਰਿਵਾਰਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਹੈ? ਪਰਿਵਾਰ ਬਹੁਤ ਗਰੀਬ ਘਰੋਂ ਆ ਜੀ, ਕਿਉਂਕਿ ਚਾਰੇ ਸਰਕਾਰ ਤੋਂ ਇਹੀ ਆ ਕਿ ਜੋ ਵੀ ਇਹਨਾਂ ਦਾ ਕਲੇਮ ਬਣਦਾ ਹੈਗਾ ਜੀ ਉਹ ਦਿੱਤਾ ਜਾਵੇ, ਅਤੇ ਜਿਹੜੇ ਦੋਸ਼ੀ ਹੈ ਉਹਨਾਂ ਦਾ ਪਰਚਾ ਕੀਤਾ ਜਾਵੇ ਜੀ। ਬੱਸ ਆਪਰੇਟਰ ਮਾਲਕ 'ਤੇ ਵੀ ਪਰਚਾ ਕੀਤਾ ਜਾਵੇ, ਡਰਾਈਵਰ 'ਤੇ ਵੀ, ਜਿੰਨੇ ਵੀ ਦੋਸ਼ੀ ਇਹ 'ਚ ਆਉਂਦੇ ਹੈਗੇ ਆ ਜੀ। ਅਤੇ ਇਹਨਾਂ ਪਰਿਵਾਰ ਵਿੱਚੋਂ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਅਤੇ ਪਰਚਾ ਕੀਤਾ ਜਾਵੇ ਦੋਸ਼ੀਆਂ 'ਤੇ ਜੀ। ਘੰਟਾ ਡੇਢ ਘੰਟਾ ਪਹਿਲਾਂ ਦੀ ਘਟਨਾ, 4 ਨੌਜਵਾਨ ਸੀ ਜਿਹਦਾ ਐਕਸੀਡੈਂਟ ਹੋਇਆ, ਇੱਕ ਨੂੰ ਹੋਸਪਿਟਲ ਲੈ ਗਏ ਅਤੇ 3 ਦੀ ਮੌਤ ਹੋ ਗਈ। 4 ਦੀ ਹੋ ਚੁੱਕੀ ਨੇ, 4 ਜਿਹੜੀ ਕਨਫਰਮ ਹੋਸਪਿਟਲ ਲੈ ਗਏ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ਪੰਜਾਬ ਟੂਡੇ।